ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਖਾਨ ਪ੍ਰਾਉ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਜ ਦੀ ਇਸ ਵੀਡੀਓ ਜਿਸੀ ਗੱਲ ਕਰਾਂਗੇ ਸਟਾਲੇ ਦੇ ਉੱਤੇ ਸਟਾਲਾ ਜਿਹਨੂੰ ਅਸੀਂ ਬਰਸੀਮ ਕਹਿੰਦੇ ਆ ਜਾਨਵਰਾਂ ਦਾ ਬਿਹਤਰੀਨ ਚਾਰਾ ਹੈ ਤੇ ਅੱਜ ਕੱਲ ਮੌਸਮ ਦੀ ਸੂਰਤ ਹਾਲ ਦੇ ਮੁਤਾਬਕ ਜਦੋਂ ਧੁੰਨਾ ਪੈਂਦੀ ਆ ਕੋਰਾ ਕੱਕਰ ਪੈਂਦਾ ਤੇ ਸਟਾਲਾ ਜਿਹੜਾ ਉਹ ਗਲਣਾ ਸ਼ੁਰੂਣਾ ਸ਼ੁਰੂ ਹੋ ਜਾਂਦਾ ਗਲਾਓ ਲੱਗ ਜਾਂਦਾ ਤਨੇ ਨੂੰ ਗਲਾਓ ਤੇ ਜੜ ਦਾ ਗਲਾਓ ਜੇ ਤੁਸੀਂ ਆ ਵੇਖ ਸਕਦੇ ਹੋ ਇਹ ਮਰੇ ਆ ਅਸਟਾਲਾ ਕਿੰਨਾ ਕਿੰਨਾ ਮਰ ਗਿਆ ਹੈ ਇਹ ਤਨੇ ਨੂੰ ਗਲਾਉ ਫੰਦੀ ਲੱਗਦੀ ਹੈ ਤੇ ਤਨਾ ਗਲ ਜਾਂਦਾ ਜੜ ਵੀ ਗਲ ਜਾਂਦੀ ਹੈ ਜਿਹਦੇ ਨਾਲ ਇੱਕ ਤੇ ਜਿਹਦਾ ਹਾੜਾ ਚਾਰਾ ਹੈ ਉਹ ਬਹੁਤ ਕਮ ਹੋ ਜਾਂਦਾ ਹੈ ਜਾਨਵਰਾਂ ਨੂੰ ਚਾਰਾ ਪਾਣ ਦੀ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਦੂਸਰਾ ਜਾਨਵਰ ਖਾਂਦੇ ਵੀ ਨਹੀਂ ਠੀਕ ਤੇ ਜਦੋਂ ਖਾਂਦੇ ਨੇ ਤੇ ਬਿਮਾਰ ਹੋ ਜਾਂਦੇ ਨੇ ਤੇ ਇਸ مسئلے ਦਾ ਹੱਲ ਕਿਵੇਂ ਕੀਤਾ ਜਾਏ ਅੱਜ ਇਸ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਮੈਨੂੰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਜ਼ਰਾ ਦੇ ਮੁਤਲਕ ਹਰ ਤਰ੍ਹਾਂ ਦੀ ਮਾਲੂਮਾਤੀ ਵੀਡੀਓ ਤੁਹਾਡੇ ਤੱਕ ਬਸ ਆਸਾਨੀ ਪਹੁੰਚ ਸਕੇ ਐ ਤੁਸੀਂ ਇਸ ਟਾਲਾ ਵੇਖ ਸਕਦੇ ਹੋ ਕਿਵੇਂ ਗਲਦਾ ਪਿਆ ਬਿਲਕੁਲ ਜਦੋਂ ਇਹ ਗਲਦਾ ਹੈ ਤੇ ਇਹ ਤਲੀਆਂ ਦੇ ਹਿਸਾਬ ਨਾਲ ਗਲਦਾ ਹੈ ਤੇ ਬਹੁਤ ਬਹੁਤ ਜਗ੍ਹਾ ਖਾਲੀ ਹੋ ਜਾਂਦੀ ਹੈ ਜਿਹਦੇ ਨਾਲ ਚਾਰਾ ਕਮ ਹੋ ਜਾਂਦਾ ਹੈ ਤੇ ਜਾਨਵਰਾਂ ਨੂੰ ਪੱਠੇ ਪਾਣ ਦੀ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਜੇ ਤੁਹਾਡਾ ਵੀ ਇਸ ਟਾਲਾ ਗਲਦਾ ਪਿਆ ਤੇ ਤੁਸੀਂ ਇੱਕ ਤੇ ਇਹਦੇ ਵਿੱਚ ਜਿਹੜੀ ਉਹ ਅਮੋਨੀਅਮ ਸਲਫੇਟ ਖਾਦ ਦਾ ਇਸਤੇਮਾਲ ਕਰੋ ਜਿਹਦੇ ਵਿੱਚ ਸਲਫਰ ਪਾਇਆ ਜਾਂਦਾ ਹੈ ਜਦੋਂ ਤੁਸੀਂ ਅਮੋਨੀਅਮ ਸਲਫੇਟ ਖਾਦ ਦਾ ਇਸਤੇਮਾਲ ਕਰੋਗੇ ਤੇ ਇਹਦੇ ਨਾਲ ਤੁਹਾਡੀ ਜਿਹੜੀ ਇਹ ਬਰਸੀਮ ਦੀ ਫਸਲ ਹੈ ਚਾਰਾ ਜਾ ਤੇ ਇਹ ਬਿਲਕੁਲ ਗਲਨ ਨਹੀਂ ਲਗੇ ਜੇ ਗਲਨ ਗਏ ਤਾਂ ਬਹੁਤ ਥੋੜੀ ਹੱਦ ਤੱਕ ਕਿਉਂਕਿ ਸਲਫਰ ਜਿਹੜਾ ਫੰਦੀ ਕਾਸ਼ ਜ਼ਹਿਰ ਹੈ ਇਹਨੂੰ ਅਸੀਂ ਫਰਟੀਲਾਈਜ਼ਰ ਵੀ ਇਸਤੇਮਾਲ ਕਰਨੇ ਆ ਤੇ ਇਹਨੂੰ ਅਸੀਂ ਇਹ ਪੈਸਟੀਸਾਈਡ ਦੇ ਤੌਰ ਤੇ ਵੀ ਇਸਤੇਮਾਲ ਕਰਨੇ ਆ ਤੇ ਜੇ ਤੁਹਾਡਾ ਇਹ ਗਲਾਉ ਜ਼ਿਆਦਾ ਹੈ ਤੇ ਤੁਸੀਂ ਫਿਰ ਨੂੰ ਥਾਇਓਗੈਟ ਜੱਜ ਜਾਂ ਸਜੈਂਟਾ ਦੇ ਕੋਲ 1 ਕਿਲੋ ਦਾ ਪੈਕੇਟ ਹੈ ਸਲਫਰ ਦਾ ਤੁਸੀਂ ਉਹਦੀ ਇਹਨੂੰ ਸਪਰੇਅ ਕਰ ਸਕਦੇ ਹੋ 10 ਲੀਟਰ ਪਾਣੀ ਦੇ ਵਿੱਚ ਹਲ ਕਰਕੇ ਤੁਸੀਂ ਤੇ ਚਾਰ ਟਿੰਕੀਆਂ ਲਗਾਓਗੇ ਜੇ 1 ਏਕੜ ਨੂੰ ਤੇ ਇਨਸ਼ਾਅੱਲਾ ਇਹ ਗਲਾਉ ਜਿਹੜਾ ਉੱਥੇ ਦਾ ਉੱਥੇ ਰੁਕ ਜਾਏਗਾ ਤੇ ਤੁਹਾਡੇ ਜਿਹੜੇ ਨੇ ਸਟਾਲਾ ਜਿਹੜਾ ਵਧਣਾ ਸ਼ੁਰੂ ਹੋ ਜਾਏਗਾ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਕੇ ਜਿਹੜੇ ਵੀ ਖਸਾ ਐਸਐਮਐਸ ਦੇ ਤੂੰ ਪਰੇਸ਼ਾਨ ਨੇ ਉਹਨਾਂ ਦਾ ਮਸਲਾ ਹੱਲ ਹੋ ਸਕੇ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ 'ਚ ਉਦੋਂ ਤੱਕ ਅੱਲਾਹ ਹਾਫਿਜ਼